ਜਿਨ੍ਹਾਂ ਵੀਰਾਂ ਨੇ ਵੱਡਾ ਸਹਿਯੋਗ ਦਿੱਤਾ ਤੇ ਇਹ ਟੂਰਨਾਮੈਂਟ ਜਿਹਨਾਂ ਵੀਰਾਂ ਦੀ ਸ਼ਿਰਕਤ ਤੇ ਹੋ ਰਿਹਾ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ। ਉਹ ਖੇਡ ਦੇ ਮੈਦਾਨ ਦੇ ਜਿਹੜੀ ਤਾਂ ਦੂਜੀ ਇਨਿੰਗ ਦੀ ਸ਼ੁਰੂਆਤ ਦਸਤੀ ਦੇ ਖੇਡ ਦੇ ਮੈਦਾਨ ਦੇ ਮੁਰਗੇ ਹੋਣ ਜਾ ਰਹੀ ਹੈ, ਦੂਸਰੀ ਇਨਿੰਗ ਦੀ ਸ਼ੁਰੂਆਤ ਹੋਣ ਜਾ ਰਹੀ ਆ ਤੇ ਚੋਰਾ ਬਲੱਕੀ ਪਹਿਲਾਂ ਓਵਰ ਕਹਿੰਦੇ ਆਪਣੀ ਟੀਮ ਦੇ ਲਈ ਕਰ ਜਾ ਰਿਹਾ ਦਰਸ਼ਕ ਜੀ। ਹਰ ਭਾਰੀ ਵਾਲਾ ਨੰਜਾ ਟਾਰਗੇਟ ਹੈ ਜਿਹੜੀ ਕਾਲੇ ਕੇ ਵਾਲੇ ਛੱਕੇ ਨੌਜਵਾਨਾਂ ਆਖੀ ਮਾਰ ਰਹੇ ਹੈ ਪਿੱਛੇ ਵਾਲੇ ਬਲਾਕੀ ਦੀ ਪਹਿਲੀ ਵਾਰ ਹੈ ਕਾਲੇ ਕਹਿੰਦੇ ਗਲੀ ਦਾ ਸ਼ੋਟ ਇੱਕ ਦਾ ਵਾਧਾ ਕਹਿੰਦੇ ਫਿਰ ਵੀ ਮੈਦਾਨ ਦੇ ਵਿੱਚ ਉੱਤਰਿਆ ਤੇ ਆ ਗਿਆ ਸਾਹਮਣੇ ਸੋਚਣ ਵਾਲਾ ਤਲਵਿੰਦਰ ਕਾਸਕ ਦਾ ਗੁਲਾਬੀ ਇੱਟਰ ਕਹਿੰਦੀ ਆ ਕਿ ਬਾਰਾਂ ਦੇ ਘਰ ਮੁੰਡਾ ਜੰਮਿਆ ਤੇ ਨਾਂ ਰੱਖਿਆ ਤਲਵਿੰਦਰ ਕਾਸਕੋ ਕ੍ਰਿਕਟ ਤੇ ਖਿਡਾਈ ਆ ਇੰਨੀ ਜੋ ਫਰਮਾ ਵਿੱਚ ਧਰਮਿੰਦਰ ਕਿ ਲੰਮੇ ਲੰਮੇ ਛੱਕੇ ਲਾਵੇ ਲੋਕਾਂ ਨੂੰ ਕੁਝ ਸਮਝ ਨਾ ਆਵੇ ਕਹਿੰਦਾ ਭੱਲੇ ਕਿਹੜਾ ਅਵਰਤ ਮੁੰਡੇ ਨੇ ਸ਼ਰਾਕ ਲਾਤਾ ਤੇ ਸੋਸਰ ਵਾਲੇ ਜੱਟ ਨੇ ਕਾਸਕੋ ਦਾ ਤੜਕਾ ਮਚਾਤਾ ਸੋਸਰ ਵਾਲੇ ਜੱਟ ਨੇ ਕਾਸਕੋ ਦਾ ਤੜਕਾ ਮਚਾਤਾ ਐਨ ਤੜਕਾ ਮਚਾਇਆ ਉਸ ਨੌਜਵਾਨ ਖਿਡਾਰੀ ਨੇ ਦਰਸ਼ਕੀ ਜਿਹੜੇ ਆ ਦਿਵਾਨੇ ਆ ਸਿਰਾਜ ਬਾਂਧੀ ਪਰ ਸਾਹਮਣੇ ਹੀ ਭੱਚੇ ਵਾਲਾ ਕਹਿੰਦੇ ਵਾਲਾ ਤਕੜੀਆਂ ਵੜਦਾ ਜੋ ਅਗਲੀ ਬਾਹਰ ਆਪਣੀ ਟੀਮ ਦੇ ਲਈ ਕਰ ਦਿੱਤੀ ਹੈ ਬਾਈ ਦਾਣਾ ਚ ਕੋਈ ਤਗੜਾ ਪ੍ਰੋਡਕਸ਼ਨ ਦੇ ਦੇਖੋ ਨਹੀਂ ਮਿਲਾ ਕੋਈ ਸ਼ੱਕਾ ਤਕੜਾ ਦੇਖੋ ਨਹੀਂ ਮਿਲਾ ਨੌਜਵਾਨਾਂ ਨੂੰ ਫਾਈਨਲ ਮੈਚ ਹੈ ਤੇ ਦਰਸ਼ਕ ਵੀ ਅਗਲੀ ਬਾਲ ਦੇਖਾਂਗੇ ਫਿਰ ਬਲੈਕੀ ਨੇ ਕਹਿੰਦੇ ਖੇਡ ਦੇ ਮੈਦਾਨ ਦੇ ਅੰਦਰ ਕਰ ਰਹੇ ਹੈ ਤੇ ਜੋ ਵਾਲਾ ਬਲੈਕੀ ਅਗਲੀ ਬਾਲ ਕਰੇਗਾ ਸੋਸਰ ਬਰਦਾ ਸ਼ੇਅਰ ਕਰ ਦਿਓ ਵੀਰੇ ਸ਼ੇਅਰ ਕਰ ਦਿਓ ਵੀਡੀਓ ਮੁਕਾਬਲਾ ਫਾਈਨਲ ਮੈਚ ਹੈ ਸ਼ਾਮਾਂ ਢਲ ਚੁੱਕੀ ਹੈ ਸ਼ੇਅਰ ਕਰ ਦਿਓ ਵੀਡੀਓ ਅਗਲੀ ਬਾਲ ਤੇ ਤਲਵਿੰਦਰ ਦਾ ਸ਼ਾਟ ਤੇ ਰਨ ਦੇਖਾਂਗੇ ਇੱਥੇ ਸੋਸਰ ਦਾ ਤਲਵਿੰਦਰ ਦੇਖਾਂਗੇ ਵੀ ਵਾਲੇ ਸ਼ੇਅਰ ਕੈਮਰਾ ਦਾ ਸਹੀ ਆ ਹੁਣ ਸ਼ੇਅਰ ਸੋਸਰ ਬਰਦੇ ਤਲਵਿੰਦਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਸਹੀ ਆ ਵੀਰੇ ਕੈਮਰਾ ਜਮਾ ਓਕੇ ਆ ਖਿਡਾਰੀਆਂ ਟੱਕਰ ਕਹਿੰਦੇ ਦੇਖੀ ਇਧਰਲੇ ਪਾਸੇ ਦੇਖੋ ਪੱਲੋ 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 ਤਲਵਿੰਦਰ ਦਾ ਕੈਚ ਕਹਿੰਦੇ ਡ੍ਰੌਪ ਕਰ ਦਿੱਤਾ ਵੀ ਕਹਿੰਦੇ ਪ੍ਰਾਪਤੀ ਹੋ ਸਕ ਕੈਚ ਡ੍ਰੌਪ ਹੋ ਚੁੱਕਿਆ ਕੈਚ ਡ੍ਰੌਪ ਹੋ ਚੁੱਕਿਆ ਦਰਸ਼ਕ ਵੀਰੇ ਲਾਗਲੇ ਪਾਸੇ ਸੋਸਰ ਵਾਲੇ ਤਲਵਿੰਦਰ ਲੈ ਕਹਿੰਦੇ ਕੈਚ ਡ੍ਰੌਪ ਹੋ ਗਿਆ ਲਾਗੀ ਦਿਲਬਰ ਕੈਚ ਹੋ ਵੀ ਸਕਦਾ ਸੀ ਫਿਰ ਵੇਖਾਂਗੇ ਨੇ ਫਿਰ ਮੈਦਾਨ ਦਾ ਤਲਵਿੰਦਰ ਦਾ ਕੈਚ ਡ੍ਰੌਪ ਕਰਨ ਦੂਰ ਹੋ ਗਿਆ ਮੈਂ ਬਈ ਹੁਣ ਜਮਾ ਓਕੇ ਆ ਮੈਚ ਆਪਣੇ ਵਾਲੋ ਵੀਡੀਓ ਵੀ ਓਕੇ ਆ ਦਰਮਿਆਨ ਕਹਿੰਦੇ ਖੇਡਿਆ ਜਾ ਰਿਹਾ ਫੋਨ ਵੀ ਸੈੱਟ ਆ ਜਮਾ ਬਾਕੀ ਅਗਲੀ ਬਾਲ ਕਹਿੰਦੇ ਕਰਦੇ ਨੇ ਪਿਆਰ ਹੈ ਖੇਡ ਦੇ ਮੈਦਾਨ ਦੇ ਅੰਦਰ ਫਾਈਨਲ ਮੈਚ ਆ ਕਿਹੜੀ ਟੀਮ 31 ਜਿੱਤੀ ਆ ਕਿਹੜੀ 21 ਗੱਲ ਸਮੇਂ ਦੀ ਹੋ ਜਾਣੀ ਆ ਲੈ ਦੇਖੋ ਸੋਸਰ ਵਾਲਾ ਤਲਵਿੰਦਰ ਪਹਿਲੀ ਬਾਲ ਭੱਜ ਗਏ ਨਿੱਕਾ ਜਲਦੀ ਨਾਲ ਅਜੇ ਵੀਰ ਮੇਰਾ ਬੇਨਤੀ ਆ ਜਲਦੀ ਨਾਲ ਪੁੱਜੇਗਾ ਅਗਲਾ ਬੱਲੇਬਾਜ਼ ਸੋਸਨ ਦੀ ਟੀਮ ਆ ਬਾਈ ਯਾਰ ਕਮੈਂਟ ਨਹੀਂ ਹੁਣ ਰੀਡ ਕਰਨੇ ਯਾਰ ਯਾਰ ਸੋਸਰ ਵਾਲਾ ਨੱਕਾ ਦੇ ਕਹਿੰਦੇ ਅਗਲਾ ਬੱਲੇਬਾਜ਼ ਆ ਗਿਆ ਦੋਨੋਂ ਸੈਕਿੰਡ ਵੀਰ ਕਹਿੰਦੇ ਕਰੀਬ ਦੇ ਉੱਪਰ ਮੌਜੂਦ ਆ ਦਰਸ਼ਕ ਵੀਰੇ ਇਧਰਲੇ ਪਾਸੇ ਦਾਲੇ ਵਾਲੇ ਭਾਈ ਨੇ ਕਹਿੰਦੇ ਬਾਲ ਕਰਨੀ ਹੈ 17 ਬਾਲਾਂ 34 ਰਨ ਕਹਿੰਦੇ ਬਾਕੀ ਆ ਸੋਸਰ ਵਾਲੇ ਤਲਵਿੰਦਰ ਨਾਲ ਸ਼ਾਟ ਤੇ ਰਨ ਦੇ ਕੋ 4 ਆਪਣੀ ਟੀਮ ਨੇ ਜੋੜ ਦਿੱਤੇ ਆ ਹਰ ਤੂੰ ਰਾਤੀ ਰਹਿ ਚੁੱਕੇ ਆ ਕਹਿੰਦੇ ਬਾਕੀ ਆ ਦਰਸ਼ਕ ਵੀਰੇ ਮੁੰਡੇ ਨੇ ਕਹਿੰਦੇ ਸਕੂਟਰ ਜਿੱਤੇ ਆ ਤੇ 3 ਮੋਟਰਸਾਈਕਲ ਜਿੱਤੇ ਆ
ਇੱਕ ਅਮਰੀਕੀ ਕਾਰ ਵੀ ਸਵਾਈ ਹੈ। ਅੱਠ ਬਾਕੀ ਮਸ਼ੀਨਾਂ ਦੇ ਪੰਜ ਐਲ ਈਡੀਆਂ ਦਾ ਜੇਤੂ ਹੈ। ਸੋਕਸਨ ਦਾ ਕਲੰਦਰ ਵਰਸ਼ਕੀ ਵੀ ਅਗਲੀ ਬਾਲ ਦਾ ਸਾਹਮਣਾ ਕਰੇਗਾ। ਕਾਸਕੋ ਦਾ ਮੋਸਟ ਪਾਪੂਲਰ ਪਲੇਅਰ ਹੈ। ਉਹ ਕਰੇ ਪਾਸੇ ਜਾ ਕੇ ਪੰਛੀ ਵੀ ਕਹਿੰਦੇ ਰੁਕ ਰੁਕ ਦੇਖ ਰਿਹਾ ਜਦੋਂ ਇਹਦਾ ਪਾਤਾ ਬਈ ਸਾਰਾ ਕੁਝ ਮੈਂ ਦੇਖਾਂਗੇ। ਸੋਚਣ ਦਾ ਕਲੰਦਰ ਕਹਿੰਦੇ ਐਨ ਸ਼ੇਅਰ ਕਰ ਦਿਓ ਬਈ, ਸ਼ੇਅਰ ਕਰ ਦਿਓ ਵੀਡੀਓ ਬਈ। ਸੱਤ
ਸਾਰਾ ਗਰਾਊਂਡ ਵੇਖ ਲੋ ਬਈ ਜੂ ਆਪਾਂ ਕੱਟਤੀ ਆ ਬਈ ਇੱਕ ਵਾਰ ਬਾਕੀ ਆ ਵੀਰੇ ਇੱਕ ਵਾਰ ਬਾਕੀ ਆ ਜੂ ਬਈ ਆਪਾਂ ਕੱਟਤੀ ਆ ਤੇ ਵੇਖ ਲੋ ਸਾਰਾ ਗਰਾਊਂਡ ਉਧਰ ਦੀ ਸਮਾਪਤੀ ਕਿੰਨੇ ਰਨ ਬਈ ਤਰਤਾਲੀ ਰਨ ਹੋ ਚੁੱਕੇ ਤੇ ਛੇ ਬਾਕੀ ਰਹਿ ਗਏ ਵੀਰੇ ਤਰਤਾਲੀ ਰਨ ਹੋ ਚੁੱਕੇ ਆ ਛੇ ਰਨ ਬਾਕੀ ਰਹਿ ਗਏ ਆ ਛੇ ਬਾਲਾਂ ਦੇ ਵਿੱਚ ਛੇ ਬਾਲਾਂ ਤੇ ਛੇ ਰਨ ਕਿੱਥੇ ਗਏ ਬਾਕੀ ਆ ਤੇ ਡਾਲੇ ਵਾਲਾ ਹੀਤਾ ਛੇ ਬਾਲਾਂ ਛੇ ਰਨ ਰਹਿ ਗਏ ਛੇ ਬਾਲਾਂ ਛੇ ਬਾਲਾਂ ਦੇ ਵਿੱਚ ਛੇ ਰਨ ਬਾਕੀ ਰਹਿ ਗਏ ਦਰਸ਼ਕ ਵੀਰੇ ਤਕੜਾ ਮੈਚ ਆ ਛੇ ਬਾਲਾਂ ਤੇ ਰਨ ਵੀ ਛੇ ਹੀ ਕਹਿੰਦੇ ਬਾਕੀ ਆ ਉਹ ਡਾਲੇ ਵਾਲੇ ਹੀਤੇ ਦੀ ਪਹਿਲੀ ਬਾਲ ਹੈ ਬਾਲ ਬਾਈ ਰਹੀ ਹੈ ਤੇ ਪੰਜ ਬਾਕੀ ਰਹਿ ਗਏ ਛੇ ਬਾਲਾਂ ਵਿੱਚ ਪੰਜ ਰਨ ਬਾਕੀ ਰਹਿ ਚੁੱਕੇ ਆ ਦਰਸ਼ਕ ਵੀਰੇ ਛੇ ਬਾਲਾਂ ਦੇ ਵਿੱਚ ਬਹੁਤ ਦੇਖੇਗੇ ਲਾਸਟ ਓਵਰ ਟੂਰਨਾਮੈਂਟ ਦਾ ਪੰਜ ਬਾਕੀ ਆ ਬਾਲਾਂ ਛੇ ਬਾਕੀ ਆ ਹੀਤੇ ਦੀ ਬਾਲ ਸਾਹਮਣੇ ਤਲਵੰਦਰ ਹੈ ਸੋਹਣਾ ਮੈਚ ਇਹਦਾ ਖੇਡਿਆ ਗਿਆ ਮੈਚ ਸਾਰੇ ਵਧੀਆ ਖੇਡੇ ਹੋਏ ਆ ਤੇ ਗੱਲਾਂ ਦੇ ਕੱਟ ਤੇ ਸਾਰੇ ਮੈਚ ਹੀ ਕਹਿੰਦੇ ਚੋਟੀ ਦੀ ਖੇਡੇ ਹੋਏ ਆ ਮੈਂ ਦੇਖਾਂਗੇ ਦਰਸ਼ਕ ਵੀਰੇ ਅਗਲੀ ਬਾਲ ਸੋਚ ਵਾਲਾ ਤਲਵੰਦਰ ਕਹਿੰਦੇ ਬਾਲ ਦਾ ਸਾਹਮਣਾ ਕਰੇਗਾ ਖੇਡ ਦੇ ਮੈਦਾਨ ਦੇ ਅੰਦਰ ਮੈਂ ਅਗਲੀ ਬਾਲ ਖੇਡੇ ਦੀ ਤਲਵਿੰਦਰ ਸ਼ਾਦ ਮੈਚ ਸਮਾਪਤ ਜਿੱਤੀ ਟੀਮ ਸੋਚਣ ਦੀ ਇੱਕ ਵਾਰੀ ਦੋਵਾਂ ਟੀਮਾਂ ਨਾਲ ਤੇ ਤਾੜੀਆਂ ਦਰਸ਼ਕ ਵੀ ਮਾਰਦੇ ਦੋ ਟੀਮਾਂ ਤਕੜਾ ਖੇਡੀਆਂ ਬੜੀਆਂ ਟੀਮਾਂ ਨੂੰ ਪਿੱਛੇ ਪਛਾੜ ਕੇ ਅੱਗੇ ਦੋ ਟੀਮਾਂ ਆਈਆਂ ਸੋਚਣ ਦੀ ਟੀਮ ਟੂਰਨਾਮੈਂਟ ਦੀ ਫਸਟ ਟੀਮ ਹੈ ਤੇ ਸੈਕੰਡਰੀ ਟੀਮ ਜਿਹੜੀ ਵੇਖਾਂਗੇ ਇਸ ਟੂਰਨਾਮੈਂਟ ਦੀ ਕਹਿੰਦੇ ਡਾਲੇ ਦੀਆਂ ਦੋਵੇਂ ਟੀਮਾਂ ਵਜਦੀਆਂ ਪਤਾ ਹੈ ਕਹਿੰਦਾ ਆਪਣੇ ਪ੍ਰਾਈਜ਼ ਪ੍ਰਾਪਤ ਕਰ ਲੈਣ ਅਗਲੀ ਕਾਰਵਾਈ ਮੋਹਣਾ ਸਾਡਾ ਵੀ ਸਾਂਭੇਗਾ ਓਕੇ ਵੀਰੇ ਬਾਏ ਸਾਰਿਆਂ ਨੂੰ ਠੀਕ ਹੈ ਫਿਰ ਆਪਾਂ ਪਾਉਂਦੇ ਹਾਂ ਫੋਟੋ ਵੀ ਸ਼ੇਅਰ ਕਰ ਲਿਓ ਬਈ।